ਇਹ ਐਕਚੁਅਲੀ ਸਵੇਰੇ 8:45 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਫਾਈ ਸੇਵਕ ਇੱਥੇ ਸਫਾਈ ਕਰ ਰਿਹਾ ਸੀ, ਉਸਨੇ ਦੇਖਿਆ ਸੀਗਾ। ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਇੱਥੇ ਮੌਕੇ 'ਤੇ ਪਹੁੰਚੇ ਹਾਂ। ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਵੀ ਇੱਥੇ ਆ ਗਈ ਹੈ। ਹੁਣ ਇਹਨੂੰ ਅਸੀਂ ਜਲਦੀ ਇੱਥੋਂ ਜਿਹੜਾ ਚੱਕ ਕੇ ਬਾਹਰ ਜਿਹੜੀ ਖਾਲੀ ਜਗ੍ਹਾ ਲਿਜਾ ਕੇ ਉੱਥੇ ਅਸੀਂ ਇਹਨੂੰ ਚੈੱਕ ਕਰਾਂਗੇ। ਇਹ ਸਾਡੀ ਜਿਹੜੀ ਬੰਬ ਡਿਸਪੋਜ਼ਲ ਟੀਮ ਹੈ, ਉਸ ਤੋਂ ਬਾਅਦ ਹੀ ਇਹਦੇ ਵਿੱਚ ਦੱਸਣ ਦੇ ਵਿੱਚ ਕੋਈ ਸਮਰੱਥ ਹੋਊਗੀ ਵੀ ਇਹ ਕੀ ਚੀਜ਼ ਹੈ, ਓਰਿਜਿਨਲ ਹੈ, ਡੁਪਲੀਕੇਟ ਹੈ ਜਾਂ ਕਿਸੇ ਨੇ ਸ਼ੋਲ ਹੀ ਰੱਖਿਆ ਹੋਇਆ, ਕਿਉਂਕਿ ਇੱਥੇ ਮਿਲਟਰੀ ਆਫਿਸਰ ਵੀ ਕਾਫੀ ਰਹਿੰਦੇ ਨੇ। ਅਸੀਂ ਇਹ ਸਾਰਾ ਚੈੱਕ ਕਰਕੇ ਤੁਹਾਨੂੰ ਬਾਅਦ ਦੱਸਾਂਗੇ। ਕਿਹੜਾ ਇਲਾਕਾ ਹੈ ਇਹ? ਰਣਜੀਤ ਐਵਨਿਊ ਸਰ। ਜਿਸ ਤਰ੍ਹਾਂ ਲੱਗ ਰਿਹਾ ਕਿ ਕੈਪਟਨ ਸਾਹਿਬ ਆ ਰਹੇ ਚੰਡਾ ਜਨਾਲੀ ਦੇ ਤਰ੍ਹਾਂ ਆਪਣਾ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਅਜੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈ। ਉਸ ਤੋਂ ਬਾਅਦ ਹੀ ਸਾਰੀ ਗੱਲ ਦਾ ਹੁਣ ਮਿਲਿਆ। ਇਸ ਤਰ੍ਹਾਂ ਦਹਿਸ਼ਤ ਪਾਉਣ ਦਾ ਮਾਹੌਲ ਨਹੀਂ ਪਤਾ ਕੀਤਾ ਜਾ ਰਿਹਾ? ਹੋਏਗਾ ਤਾਂ ਜ਼ਰੂਰ ਇਹਨਾਂ ਬੰਦਿਆਂ ਨੂੰ ਅਸੀਂ ਫੜਾਂਗੇ। ਪੁਲਿਸ ਹਰ ਚੱਪੇ ਚੱਪੇ ਤੇ ਲੱਗੀ ਹੈ, ਅਸੀਂ ਬਿਲਕੁਲ ਅਲਰਟ ਹਾਂ, ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਸੋ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਕਿਸੇ ਸ਼ੱਕੀ ਚੀਜ਼ ਨੂੰ ਹੱਥ ਨਾ ਲਗਾਓ। ਜਿਸ ਤਰ੍ਹਾਂ ਸਵੇਰੇ ਅੱਜ ਇਸ ਲੜਕੇ ਨੇ ਇਹਨੂੰ ਹੱਥ ਨਾ ਲਗਾ ਕੇ ਸਾਨੂੰ ਇਨਫੋਰਮ ਕੀਤਾ, ਬਾਕੀਆਂ ਨੂੰ ਵੀ ਅਸੀਂ ਇਹੋ ਰਿਕੁਐਸਟ ਕਰਾਂਗੇ। ਸਰ ਗ੍ਰੈਨੇਡ ਇਹ ਆਪਣਾ ਪਿੰਨਾ ਨਿਕਲਿਆ? ਅਜੇ ਵੈਰੀਫਾਈ ਕਰ ਰਹੇ ਹਾਂ ਅਸੀਂ, ਅਜੇ ਸਾਡੀ ਐਕਸਪਰਟ ਟੀਮ ਅੱਧੇ ਘੰਟੇ ਬਾਅਦ ਤੁਹਾਨੂੰ ਦੱਸੇਗੀ। ਨਹੀਂ ਸਰ, ਪਿੰਨਾ ਨਿਕਲਿਆ ਇਹਦੇ ਵਿੱਚੋਂ ਤਾਂ ਨਹੀਂ? ਨਹੀਂ, ਇਹ ਐਕਸਪਰਟ ਹੀ ਦੱਸ ਸਕਦੇ, ਬਾਅਦ ਚ ਅੱਧੇ ਘੰਟੇ ਤੱਕ ਦੱਸਾਂਗੇ ਤੁਹਾਨੂੰ। ਇਹ ਐਕਚੁਅਲੀ ਸਵੇਰੇ 8:45 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਫਾਈ ਸੇਵਕ ਇੱਥੇ ਸਫਾਈ ਕਰ ਰਿਹਾ ਸੀ, ਉਸਨੇ ਦੇਖਿਆ ਸੀਗਾ। ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਇੱਥੇ ਮੌਕੇ 'ਤੇ ਪਹੁੰਚੇ ਹਾਂ। ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਵੀ ਇੱਥੇ ਆ ਗਈ ਹੈ। ਹੁਣ ਇਹਨੂੰ ਅਸੀਂ ਜਲਦੀ ਇੱਥੋਂ ਜਿਹੜਾ ਚੱਕ ਕੇ ਬਾਹਰ ਜਿਹੜੀ ਖਾਲੀ ਜਗ੍ਹਾ ਲਿਜਾ ਕੇ ਉੱਥੇ ਅਸੀਂ ਇਹਨੂੰ ਚੈੱਕ ਕਰਾਂਗੇ। ਇਹ ਸਾਡੀ ਜਿਹੜੀ ਬੰਬ ਡਿਸਪੋਜ਼ਲ ਟੀਮ ਹੈ, ਉਸ ਤੋਂ ਬਾਅਦ ਹੀ ਇਹਦੇ ਵਿੱਚ ਦੱਸਣ ਦੇ ਵਿੱਚ ਕੋਈ ਸਮਰੱਥ ਹੋਊਗੀ ਵੀ ਇਹ ਕੀ ਚੀਜ਼ ਹੈ, ਓਰਿਜਿਨਲ ਹੈ, ਡੁਪਲੀਕੇਟ ਹੈ ਜਾਂ ਕਿਸੇ ਨੇ ਸ਼ੋਲ ਹੀ ਰੱਖਿਆ ਹੋਇਆ, ਕਿਉਂਕਿ ਇੱਥੇ ਮਿਲਟਰੀ ਆਫਿਸਰ ਵੀ ਕਾਫੀ ਰਹਿੰਦੇ ਨੇ। ਅਸੀਂ ਇਹ ਸਾਰਾ ਚੈੱਕ ਕਰਕੇ ਤੁਹਾਨੂੰ ਬਾਅਦ ਦੱਸਾਂਗੇ। ਕਿਹੜਾ ਇਲਾਕਾ ਹੈ ਇਹ? ਰਣਜੀਤ ਐਵਨਿਊ ਸਰ। ਜਿਸ ਤਰ੍ਹਾਂ ਲੱਗ ਰਿਹਾ ਕਿ ਕੈਪਟਨ ਸਾਹਿਬ ਆ ਰਹੇ ਚੰਡਾ ਜਨਾਲੀ ਦੇ ਤਰ੍ਹਾਂ ਆਪਣਾ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਅਜੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈ। ਉਸ ਤੋਂ ਬਾਅਦ ਹੀ ਸਾਰੀ ਗੱਲ ਦਾ ਹੁਣ ਮਿਲਿਆ। ਇਸ ਤਰ੍ਹਾਂ ਦਹਿਸ਼ਤ ਪਾਉਣ ਦਾ ਮਾਹੌਲ ਨਹੀਂ ਪਤਾ ਕੀਤਾ ਜਾ ਰਿਹਾ? ਹੋਏਗਾ ਤਾਂ ਜ਼ਰੂਰ ਇਹਨਾਂ ਬੰਦਿਆਂ ਨੂੰ ਅਸੀਂ ਫੜਾਂਗੇ। ਪੁਲਿਸ ਹਰ ਚੱਪੇ ਚੱਪੇ ਤੇ ਲੱਗੀ ਹੈ, ਅਸੀਂ ਬਿਲਕੁਲ ਅਲਰਟ ਹਾਂ, ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਸੋ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਕਿਸੇ ਸ਼ੱਕੀ ਚੀਜ਼ ਨੂੰ ਹੱਥ ਨਾ ਲਗਾਓ। ਜਿਸ ਤਰ੍ਹਾਂ ਸਵੇਰੇ ਅੱਜ ਇਸ ਲੜਕੇ ਨੇ ਇਹਨੂੰ ਹੱਥ ਨਾ ਲਗਾ ਕੇ ਸਾਨੂੰ ਇਨਫੋਰਮ ਕੀਤਾ, ਬਾਕੀਆਂ ਨੂੰ ਵੀ ਅਸੀਂ ਇਹੋ ਰਿਕੁਐਸਟ ਕਰਾਂਗੇ। ਸਰ ਗ੍ਰੈਨੇਡ ਇਹ ਆਪਣਾ ਪਿੰਨਾ ਨਿਕਲਿਆ? ਅਜੇ ਵੈਰੀਫਾਈ ਕਰ ਰਹੇ ਹਾਂ ਅਸੀਂ, ਅਜੇ ਸਾਡੀ ਐਕਸਪਰਟ ਟੀਮ ਅੱਧੇ ਘੰਟੇ ਬਾਅਦ ਤੁਹਾਨੂੂੰ ਦੱਸੇਗੀ। ਨਹੀਂ ਸਰ, ਪਿੰਨਾ ਨਿਕਲਿਆ ਇਹਦੇ ਵਿੱਚੋਂ ਤਾਂ ਨਹੀਂ? ਨਹੀਂ, ਇਹ ਐਕਸਪਰਟ ਹੀ ਦੱਸ ਸਕਦੇ, ਬਾਅਦ ਚ ਅੱਧੇ ਘੰਟੇ ਤੱਕ ਦੱਸਾਂਗੇ ਤੁਹਾਨੂੰ। ਇਹ ਐਕਚੁਅਲੀ ਸਵੇਰੇ 8:45 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਫਾਈ ਸੇਵਕ ਇੱਥੇ ਸਫਾਈ ਕਰ ਰਿਹਾ ਸੀ, ਉਸਨੇ ਦੇਖਿਆ ਸੀਗਾ। ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਇੱਥੇ ਮੌਕੇ 'ਤੇ ਪਹੁੰਚੇ ਹਾਂ। ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਵੀ ਇੱਥੇ ਆ ਗਈ ਹੈ। ਹੁਣ ਇਹਨੂੰ ਅਸੀਂ ਜਲਦੀ ਇੱਥੋਂ ਜਿਹੜਾ ਚੱਕ ਕੇ ਬਾਹਰ ਜਿਹੜੀ ਖਾਲੀ ਜਗ੍ਹਾ ਲਿਜਾ ਕੇ ਉੱਥੇ ਅਸੀਂ ਇਹਨੂੰ ਚੈੱਕ ਕਰਾਂਗੇ। ਇਹ ਸਾਡੀ ਜਿਹੜੀ ਬੰਬ ਡਿਸਪੋਜ਼ਲ ਟੀਮ ਹੈ, ਉਸ ਤੋਂ ਬਾਅਦ ਹੀ ਇਹਦੇ ਵਿੱਚ ਦੱਸਣ ਦੇ ਵਿੱਚ ਕੋਈ ਸਮਰੱਥ ਹੋਊਗੀ ਵੀ ਇਹ ਕੀ ਚੀਜ਼ ਹੈ, ਓਰਿਜਿਨਲ ਹੈ, ਡੁਪਲੀਕੇਟ ਹੈ ਜਾਂ ਕਿਸੇ ਨੇ ਸ਼ੋਲ ਹੀ ਰੱਖਿਆ ਹੋਇਆ, ਕਿਉਂਕਿ ਇੱਥੇ ਮਿਲਟਰੀ ਆਫਿਸਰ ਵੀ ਕਾਫੀ ਰਹਿੰਦੇ ਨੇ। ਅਸੀਂ ਇਹ ਸਾਰਾ ਚੈੱਕ ਕਰਕੇ ਤੁਹਾਨੂੰ ਬਾਅਦ ਦੱਸਾਂਗੇ। ਕਿਹੜਾ ਇਲਾਕਾ ਹੈ ਇਹ? ਰਣਜੀਤ ਐਵਨਿਊ ਸਰ। ਜਿਸ ਤਰ੍ਹਾਂ ਲੱਗ ਰਿਹਾ ਕਿ ਕੈਪਟਨ ਸਾਹਿਬ ਆ ਰਹੇ ਚੰਡਾ ਜਨਾਲੀ ਦੇ ਤਰ੍ਹਾਂ ਆਪਣਾ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਅਜੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈ। ਉਸ ਤੋਂ ਬਾਅਦ ਹੀ ਸਾਰੀ ਗੱਲ ਦਾ ਹੁਣ ਮਿਲਿਆ। ਇਸ ਤਰ੍ਹਾਂ ਦਹਿਸ਼ਤ ਪਾਉਣ ਦਾ ਮਾਹੌਲ ਨਹੀਂ ਪਤਾ ਕੀਤਾ ਜਾ ਰਿਹਾ? ਹੋਏਗਾ ਤਾਂ ਜ਼ਰੂਰ ਇਹਨਾਂ ਬੰਦਿਆਂ ਨੂੰ ਅਸੀਂ ਫੜਾਂਗੇ। ਪੁਲਿਸ ਹਰ ਚੱਪੇ ਚੱਪੇ ਤੇ ਲੱਗੀ ਹੈ, ਅਸੀਂ ਬਿਲਕੁਲ ਅਲਰਟ ਹਾਂ, ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਸੋ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਕਿਸੇ ਸ਼ੱਕੀ ਚੀਜ਼ ਨੂੰ ਹੱਥ ਨਾ ਲਗਾਓ। ਜਿਸ ਤਰ੍ਹਾਂ ਸਵੇਰੇ ਅੱਜ ਇਸ ਲੜਕੇ ਨੇ ਇਹਨੂੰ ਹੱਥ ਨਾ ਲਗਾ ਕੇ ਸਾਨੂੰ ਇਨਫੋਰਮ ਕੀਤਾ, ਬਾਕੀਆਂ ਨੂੰ ਵੀ ਅਸੀਂ ਇਹੋ ਰਿਕੁਐਸਟ ਕਰਾਂਗੇ। ਸਰ ਗ੍ਰੈਨੇਡ ਇਹ ਆਪਣਾ ਪਿੰਨਾ ਨਿਕਲਿਆ? ਅਜੇ ਵੈਰੀਫਾਈ ਕਰ ਰਹੇ ਹਾਂ ਅਸੀਂ, ਅਜੇ ਸਾਡੀ ਐਕਸਪਰਟ ਟੀਮ ਅੱਧੇ ਘੰਟੇ ਬਾਅਦ ਤੁਹਾਨੂੰ ਦੱਸੇਗੀ। ਨਹੀਂ ਸਰ, ਪਿੰਨਾ ਨਿਕਲਿਆ ਇਹਦੇ ਵਿੱਚੋਂ ਤਾਂ ਨਹੀਂ? ਨਹੀਂ, ਇਹ ਐਕਸਪਰਟ ਹੀ ਦੱਸ ਸਕਦੇ, ਬਾਅਦ ਚ ਅੱਧੇ ਘੰਟੇ ਤੱਕ ਦੱਸਾਂਗੇ ਤੁਹਾਨੂੰ।